ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਸਾਡੀਆਂ ਲੋਕਾਂ ਨਾਲ ਵਾਅਦੇ ਕਰਕੇ ਮੁੱਕਰ ਗਿਆ, ਜਿਹੜਾ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਗੱਲ ਕਰਦਾ ਸੀ, ਪਰਾਲੀ ਦੇ ਕਿਸਾਨਾਂ ਦੇ ਪਰਚੇ ਪਾਏ ਨੇ ਜਾਂ ਕੰਬਾਈਨਾਂ ਤੇ 2-2 ਲੱਖ ਰੁਪਏ ਦਾ ਜੁਰਮਾਨਾ ਪਾਇਆ, ਜਿਹੜੀ ਐਸਪੈਸਰੀ ਲੈ ਗਿਆ ਵੀ ਐਸਪੈਸਰੀ ਲੱਗਿਆ ਹੋਇਆ, ਸੰਗਰੂਰ ਜ਼ਿਲ੍ਹੇ ਦੇ ਵਿੱਚ 11 ਮਸ਼ੀਨਾਂ ਤੇ ਪੰਜਾਬ ਦੇ ਵਿੱਚ 79 ਮਸ਼ੀਨਾਂ ਤੇ ਪਰਚੇ ਪਾਏ ਹੋਏ ਨੇ। ਤੇ ਜਿਹੜੀ ਇੱਕ ਤੀਜੀ ਮੰਗ ਸਾਡੀ ਨਾਲ ਇਹਦੇ ਵਿੱਚ ਇਹ ਹੈ ਵੀ ਪਰਾਲੀ ਦੇ ਛੋਲ ਲੈ ਕੇ ਲਾਲ ਐਂਟਰੀ ਲਾਈ ਆ ਨੰਬਰਾਂ ਦੇ ਸਾਡੇ ਤੇ ਵੀ ਮੁੜ ਕੇ ਲੋਨ ਨਾ ਕਰਾਉਣੀ, ਬੈਂਕ ਲੋਨ ਨਹੀਂ ਦੇ ਰਹੀ ਜਿਹੜੀ। ਇਸ ਕਰਕੇ 3 ਮੰਗਾਂ ਨੂੰ ਲੈ ਕੇ ਅੱਜ ਅਸੀਂ ਸੂਬੇ ਦੇ ਫੈਸਲੇ ਤੇ 3 ਦਿਨਾਂ ਦਾ ਮੋਰਚਾ ਸਾਡੇ ਡੀਸੀ ਹੈੱਡਕੁਆਰਟਰ ਤੇ ਬੈਠੇ ਆ। ਕੈਪਟਨ ਅਮਰਿੰਦਰ ਸਿੰਘ ਜਿਹੜਾ ਸਾਡੀਆਂ ਲੋਕਾਂ ਨਾਲ ਵਾਅਦੇ ਕਰਕੇ ਮੁੱਕਰ ਗਿਆ, ਜਿਹੜਾ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਗੱਲ ਕਰਦਾ ਸੀ, ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਦਾ ਸੀ, ਜਿਹੜਾ ਸਾਡੇ ਬਜ਼ੁਰਗਾਂ ਨੂੰ 2500 ਰੁਪਇਆ ਬੁਢਾਪਾ ਪੈਨਸ਼ਨ ਦੇਣ ਦੀ ਗੱਲ ਕਰਦਾ ਸੀ। ਅੱਜ ਭਰਾਵੋ ਨਾ ਘਰ ਘਰ ਮੋਬਾਈਲ ਫੋਨ ਆਇਆ, ਨਾ ਸਾਡੇ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਮਿਲੀ ਹੈ ਤੇ ਨਾ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲਿਆ। ਜਿਹੜੇ ਇੱਥੋਂ ਦੀਆਂ ਸਰਕਾਰਾਂ ਖੇਤਨ ਕਰਦੀਆਂ ਨੇ, ਜਿੰਨਾ ਤੱਕ ਤੁਸੀਂ ਸਾਰੇ ਗੱਲਾਂ ਨੂੰ ਨਹੀਂ ਪੁੱਛਦੇ ਓਨੀ ਦੇਰ ਤੱਕ ਭਰਾਵੋ ਇਹ ਮਸਲੇ ਹੱਲ ਨਹੀਂ ਹੋਣੇ, ਓਨੀ ਦੇਰ ਤੱਕ ਆਪਣਾ ਇਹ ਸੰਘਰਸ਼ ਚੱਲਦਾ ਰਹਿਣਾ। ਇਹ ਧਰਨਾ ਸਾਡਾ ਅੱਜ ਤੀਜੇ ਦਿਨ ਦੇ ਵਿੱਚ ਸ਼ਾਮਿਲ ਹੋ ਗਿਆ। ਸਰਕਾਰ ਦਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਅਜੇ ਸਾਡੇ ਕੋਲ ਨਹੀਂ ਪਹੁੰਚਿਆ। ਪਹਿਲਾਂ ਵੀ ਭਵਾਨੀਗੜ੍ਹ ਦੇ ਵਿੱਚ ਮੋਰਚਾ ਲੱਗਿਆ, ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਸਾਨੂੰ ਥੋੜ੍ਹਾ ਸਮਾਂ ਹੋਰ ਦਿਓ ਅਤੇ ਅਸੀਂ ਇਹ ਮਸਲਾ ਹੱਲ ਕਰਾਂਗੇ, ਪਰ ਅਜੇ ਤੱਕ ਵੀ ਸਰਕਾਰ ਦਾ ਕੋਈ ਅਧਿਕਾਰੀ ਨੇ ਸਾਨੂੰ ਪੱਕਾ ਵਿਸ਼ਵਾਸ ਨਹੀਂ ਦਿਵਾਇਆ। ਜੇਕਰ ਸਰਕਾਰ ਇਸ ਮੰਗਾਂ ਤੋਂ ਟਾਲ ਮਟੋਲ ਕਰਦੀ ਹੈ ਤਾਂ ਆਉਣ ਵਾਲਾ ਜਿਹੜਾ ਸੰਘਰਸ਼ ਹੈ ਉਹ ਆਰ ਪਾਰ ਦੀ ਲੜਾਈ ਹੋਵੇਗਾ। ਜਿਹੜੇ ਹੁਣ ਤੱਕ ਤੁਸੀਂ ਆਉਣੇ ਹੋ, ਤੁਹਾਨੂੰ ਲੱਗਦਾ ਵੀ ਸ਼ਾਮ ਨੂੰ ਸਾਰਿਆਂ ਨੇ ਘਰਾਂ ਨੂੰ ਚਲੇ ਜਾਣਾ, ਠੰਡ ਦੀ ਵੀ ਤੁਹਾਨੂੰ ਲੱਗਦਾ ਵੀ ਠੰਡ ਦੀ ਦਿੱਕਤ ਹੈ, ਪਰ ਜਦੋਂ ਤੁਸੀਂ ਸਾਰਿਆਂ ਨੇ ਫੈਸਲਾ ਕਰ ਤੁਹਾਡੀ ਹੋਣੀ ਆ ਯਕੀਨੀ ਹੈ, ਕਿਉਂਕਿ ਹੁਣ ਤੱਕ ਜਿੰਨੇ ਵੀ ਘੋਲ ਤੁਸੀਂ ਲੜੇ ਨੇ ਉਹ ਸਾਰੇ ਘੋਲ ਭਰਾਵੋ ਤੁਸੀਂ ਜਿੱਤ ਕੇ ਨਿਕਲੇ ਹੋ, ਜਿੱਤ ਕੇ ਵੀ ਤਾਂ ਨਿਕਲੇ ਹੋ ਜਦੋਂ ਤੁਸੀਂ ਉਹ ਫੈਸਲਾ ਕਰ ਲੈਣਾ।